ਇਸੀ ਏਰੀਆ ਦੇ ਵਿੱਚ ਇਹ ਗੋਲੀ ਚੱਲੀ ਹੈ। ਹਾਲਾਂਕਿ ਹੁਣ ਤੱਕ ਦੀ ਜਾਣਕਾਰੀ ਮੁਤਾਬਿਕ ਇੱਕ ਛੋਟੀ ਜਿਹੀ ਗੱਲ ਪਿੱਛੇ, ਇੱਕ ਪਾਰਕਿੰਗ ਦੇ ਪਿੱਛੇ ਇਹ ਸਾਰੀ ਜਿਹੜੀ ਫਾਇਰਿੰਗ ਹੋਈ ਹੈ। ਲੇਕਿਨ ਬੜੀ ਹੈਰਾਨ ਕਰ ਦੇਣ ਵਾਲੀ ਗੱਲ ਹੈ ਕਿ ਕੋਡ ਆਫ ਕੰਡਕਟ ਲੱਗਿਆ ਹੋਇਆ, ਸਾਰਿਆਂ ਨੂੰ ਪਿਸਟਲ ਜਮ੍ਹਾਂ ਕਰਾਉਣ ਵਾਸਤੇ ਕਿਹਾ। ਇਹਨਾਂ ਦੇ ਕੋਲ ਪਿਸਟਲ ਕਿੱਥੋਂ ਆਈ? ਪੇਇੰਗ ਗੈਸਟ ਇੱਥੇ ਰਹਿ ਰਹੇ ਸੀਗੇ, ਕਿੰਨੇ ਦਿਨਾਂ ਤੋਂ ਰਹਿ ਰਹੇ ਸੀ, ਕਿੱਥੋਂ ਆਏ ਹੈ, ਕੋਈ ਵੈਰੀਫਿਕੇਸ਼ਨ ਹੋਈ ਹੈ, ਨਹੀਂ ਹੋਈ ਹੈ, ਇਹ ਸਾਰੀ ਚੀਜ਼ਾਂ ਨੂੰ ਲੈ ਕੇ ਹੁਣ ਪੁਲਿਸ ਇਨਵੈਸਟੀਗੇਸ਼ਨ ਕਰ ਰਹੀ ਹੈ। ਜਿਹੜੇ ਚਸ਼ਮਦੀਦ ਨੇ ਉਹ ਸਾਡੇ ਨਾਲ ਨੇ। ਭਾਜੀ ਹੋਇਆ ਕੀ ਸੀ, ਕਿੰਨੇ ਵਜੇ ਦੀ ਗੱਲ ਹੈ? ਇਹ ਜੀ ਆਪਣੀ 8 ਤੋਂ 9 ਵਜੇ ਦੀ ਗੱਲ ਆ, ਸਵੇਰੇ। ਹਾਂਜੀ ਸਵੇਰੇ ਇੱਧਰ ਅਸੀਂ ਬੋਰ ਕਰ ਰਹੇ ਹਾਂ ਕੰਮ, ਠੀਕ ਹੈ। ਇੱਥੇ ਟੈਂਕਰ ਖੜੇ ਸੀ ਪਾਣੀ ਦੇ, ਠੀਕ ਹੈ। ਉਹ ਖਾਲੀ ਸੀ, ਭਰਾ ਕੇ ਲੈ ਕੇ ਆਉਣੀ ਸੀ ਉਹਨਾਂ ਨੇ, ਠੀਕ ਹੈ। ਉਹਨਾਂ ਨੇ ਹੋਰਨ ਮਾਰਤਾ, ਹੋਰਨ ਮਾਰ ਕੇ ਉਹ ਗੱਡੀ ਖੜੀ ਸੀ ਅਲਟੋ, ਠੀਕ ਹੈ। ਕੋਈ ਨਹੀਂ ਨਿਕਲਿਆ ਬਾਹਰ, ਉਹ ਉੱਥੋਂ ਉੱਪਰੋਂ ਨਾ ਗਾਲਾਂ ਕੱਢਣ ਲੱਗ ਗਿਆ ਮੁੰਡੇ, ਠੀਕ ਹੈ। ਇਹ ਪੀਜੀ ਹੈ ਸਾਰਾ? ਪੀਜੀ ਹੈ ਉਹ, ਫਸਟ ਫਲੋਰ ਉੱਪਰ, ਠੀਕ ਹੈ। ਉੱਥੇ, ਠੀਕ ਹੈ। ਉਸ ਤੋਂ ਬਾਅਦ ਉਹ ਥੱਲੇ ਆ ਕੇ ਗਾਲਾਂ ਕੱਢਣ ਲੱਗ ਗਏ, ਠੀਕ ਹੈ। ਅਸੀਂ ਟਰੈਕਟਰ ਅੱਗੇ ਕਰਤਾ ਉਹਨੇ ਬਾਈ ਨੇ, ਉਹ ਟਰੈਕਟਰ ਦੇ ਉੱਪਰ ਚੜ ਕੇ ਬਸ ਉਹਨੂੰ ਫਾਇਰ ਕਰਤੇ, ਠੀਕ ਹੈ। ਹਾਂਜੀ, ਕਿੰਨੇ ਤਿੰਨ ਮੁੰਡੇ ਜਿਹੜੇ ਸੀ? 3-4 ਮੁੰਡੇ ਸੀ ਉਹਨਾਂ ਕੋਲ, ਸਾਰਿਆਂ ਕੋਲ ਪਿਸਟਲ ਸੀ, ਸਾਰਿਆਂ ਕੋਲ। ਹਾਂਜੀ, ਅਸੀਂ ਛਡਾਉਣ ਜਾ ਰਹੇ ਸੀ, ਜਦੋਂ ਪਿਸਟਲ ਫਾਇਰ ਕਰਤੇ ਸੀ ਵਾਪਸ ਮੁੜ ਗਏ, ਫਿਰ ਸਾਡੀ ਵੀ ਲੱਗ ਸਕਦੀ ਸੀ। ਕਿੰਨੇ ਫਾਇਰ ਕੀਤੇ ਭਾਜੀ? ਇਹ ਫਾਇਰ ਉਹਨਾਂ ਨੇ ਇੱਕੇ ਕਰਿਆ, ਮਤਲਬ ਕਰਨ ਲੱਗੇ ਸੀ, ਦੂਸਰਾ ਫਾਇਰ ਕਰਨ ਲੱਗੇ ਸੀ, ਜਦੋਂ ਅੰਕਲ ਅੰਦਰ ਵੜ ਗਏ ਫਿਰ ਭੱਜ ਗਏ, ਠੀਕ ਹੈ। ਕੁੰਡੀ ਲਾ ਲਈ, ਫਿਰ ਉਸ ਤੋਂ ਬਾਅਦ ਇੱਕ ਮੁੰਡਾ ਹੋਰ ਆ ਗਿਆ ਪਿਸਟਲ ਲੈ ਕੇ, ਠੀਕ ਹੈ। ਯਾਨੀ ਕਿ ਸਾਰਿਆਂ ਦੇ ਕੋਲ ਪਿਸਟਲ? ਹਾਂਜੀ ਹਾਂਜੀ। ਕਿੰਨੇ ਦਿਨਾਂ ਤੋਂ ਰਹਿ ਰਹੇ? ਕੁਛ ਹੈਗਾ ਇੱਥੇ ਪੀਜੀ ਰਹਿ ਰਹੇ ਜਿਹੜੇ ਮੁੰਡੇ? ਨਹੀਂ, ਉਰੇ ਕੁਛ ਨਹੀਂ ਪਤਾ ਜੀ। ਅੱਛਾ, ਇੱਥੇ ਤਾਂ ਪੀਜੀ ਬਹੁਤ ਨੇ। ਬਹੁਤ ਪੀਜੀ ਹੈ ਉਰੇ, ਠੀਕ ਹੈ। ਕੋਈ ਵੈਰੀਫਿਕੇਸ਼ਨ ਹੁੰਦੀ ਹੈ ਪੁਲਿਸ ਵੱਲੋਂ ਜਾਂ ਨਹੀਂ? ਇਹਨਾਂ ਦੀ ਕੋਈ ਪੁਲਿਸ ਵੈਰੀਫਿਕੇਸ਼ਨ ਨਹੀਂ ਹੁੰਦੀ। ਕਿੱਥੋਂ ਆਏ, ਕਿੱਥੇ ਕੰਮ ਕਰਦੇ ਆ? ਕਿਸੇ ਨੂੰ ਵੀ ਪਤਾ ਕਰਿਆ ਸੀ? ਕਿਸੇ ਨੂੰ ਨਹੀਂ ਪਤਾ, ਕੁਛ ਨਹੀਂ ਪਤਾ। ਹਾਂਜੀ, ਕਿੰਨੇ ਦਿਨਾਂ ਤੋਂ ਰਹਿ ਰਹੇ ਸੀ, ਕੁਛ ਆਈਡੀਆ ਤੁਹਾਨੂੰ? ਇਹ ਦੱਸਿਆ ਨਹੀਂ ਹੈਗਾ ਉਹਨਾਂ ਨੇ, ਜਿਹੜਾ ਮਤਲਬ ਕੇਅਰ ਟੇਕਰ ਵੀ ਦਾ, ਉਹਨਾਂ ਨੇ ਦੱਸਿਆ ਨਹੀਂ ਹੈਗਾ ਜੀ, ਠੀਕ ਹੈ। ਯਾਨੀ ਕਿ ਗੱਡੀ ਸੀਗੀ ਲੈ ਕੇ ਉਹ ਭੱਜ ਗਏ ਜੀ। ਕਿੱਥੇ ਦੇ ਨੰਬਰ ਦੀ ਗੱਡੀ, ਕੁਛ ਆਈਡੀਆ ਹੈਗਾ ਤੁਹਾਡੇ ਕੋਲ? ਇੰਨਾ ਧਿਆਨ ਨਹੀਂ ਜੀ, ਆਪਣੇ ਕੈਮਰੇ 'ਚ ਆਇਆ ਹੋਇਆ, ਸੀਸੀਟੀਵੀ ਕੈਮਰੇ, ਠੀਕ ਹੈ। ਹਾਂਜੀ, ਨੰਬਰ ਆਇਆ ਗੱਡੀ ਦਾ। ਉਹ ਜਿਨ੍ਹਾਂ ਦੇ ਗੋਲੀ ਤਾਂ ਨਹੀਂ ਵੱਜੀ ਜਿਹੜੇ? ਨਹੀਂ, ਆਪਣੇ ਨਾ ਇੱਥੋਂ ਲੱਗ ਕੇ ਲੰਘ ਗਈ। ਓਕੇ, ਹਾਂਜੀ, ਉਹ ਉੱਥੇ ਜਾ ਕੇ ਵੱਜਿਆ ਫਾਇਰ ਜੀ, ਉਹ ਦੇਖੋ। ਅੱਛਾ, ਉਹ ਜਿਹੜਾ ਫਸਟ ਫਲੋਰ ਤੇ? ਹਾਂਜੀ ਹਾਂਜੀ ਹਾਂਜੀ, ਉੱਥੇ ਵੱਜਿਆ ਇੱਥੋਂ ਜਾ ਕੇ ਨਾ, ਇੱਥੋਂ ਟਰੈਕਟਰ ਤੋਂ ਜਾ ਕੇ ਉਹ ਉੱਥੇ ਜਾ ਕੇ ਵੱਜੀ ਸਿੱਧੀ ਗੋਲੀ ਉਹ, ਠੀਕ ਹੈ। ਹਾਂਜੀ, ਤੇ ਬਿਲਕੁਲ ਜਿੱਦਾਂ ਇਹਨਾਂ ਵੱਲੋਂ ਜਾਣਕਾਰੀ ਦਿੱਤੀ ਗਈ ਹੈ ਕਿ ਛੋਟੀ ਜਿਹੀ ਗੱਲ ਪਿੱਛੇ ਪਾਰਕਿੰਗ ਨੂੰ ਲੈ ਕੇ ਜਿਹੜੀ ਫਾਇਰਿੰਗ ਕੀਤੀ ਹੈ। ਹਾਲਾਂਕਿ ਬਹੁਤ ਰਾਹਤ ਦੀ ਗੱਲ ਇਹ ਰਹੀ ਕਿ ਜਦ ਉਹਨਾਂ ਨੇ ਫਾਇਰਿੰਗ ਕੀਤੀ ਤਾਂ ਉਹ ਜਿਹੜੇ ਜਿਨ੍ਹਾਂ ਦੇ ਗੋਲੀ ਬਿਲਕੁਲ ਕੋਲ ਤੋਂ ਲੰਘੀ ਹੈ, ਉਹਨਾਂ ਨੇ ਅਚਾਨਕ ਆਪਣੀ ਜਾਨ ਜਿਹੜੀ ਹੈਗੀ ਘਰ ਦੇ ਵਿੱਚ ਵੜ ਕੇ ਬਚਾਈ ਹੈ। ਉਹਨਾਂ ਨੇ ਦੂਜਾ ਫਾਇਰ ਵੀ ਕਰਨ ਦੀ ਕੋਸ਼ਿਸ਼ ਕੀਤੀ ਸੀ, ਲੇਕਿਨ ਜਦ ਇੱਥੇ ਰੌਲਾ ਪਿਆ ਤਾਂ ਉਹ ਉੱਥੋਂ ਫਰਾਰ ਹੋ ਗਏ। ਲੇਕਿਨ ਇਹਦੇ ਵਿੱਚ ਸਵਾਲੀਆ ਨਿਸ਼ਾਨ ਬਹੁਤ ਨੇ। ਜਿੰਨੇ ਵੀ ਏਰੀਆ ਦੇ ਵਿੱਚ ਅਸੀਂ ਦੇਖ ਰਹੇ ਹਾਂ ਬਹੁਤ ਵੱਡੇ ਵੱਡੇ ਪੀਜੀ, ਜਿਨ੍ਹਾਂ ਦੇ ਵਿੱਚ 50-50 100-100 ਕਮਰੇ ਹੈ, ਉਹ ਇੱਥੇ ਰਹਿੰਦੇ ਮੁੰਡੇ ਕੁੜੀਆਂ ਇੱਥੇ ਰਹਿੰਦੇ ਹੈ, ਕਿੱਥੋਂ ਆਉਂਦੇ ਹੈ, ਕਿੱਥੇ ਕੰਮ ਕਰਦੇ ਹੈ, ਕਿੱਥੋਂ ਆਏ ਹੈ, ਵੈਰੀਫਿਕੇਸ਼ਨ ਹੋਈ ਹੈ, ਨਹੀਂ ਹੋਈ ਹੈ, ਅਸਲਾ ਕਿੱਥੋਂ ਆਇਆ, ਇਹ ਬਹੁਤ ਸਾਰੀ ਚੀਜ਼ਾਂ ਜਿਸ ਨੂੰ ਲੈ ਕੇ ਹੁਣ ਪੁਲਿਸ ਲਗਾਤਾਰ ਇਨਵੈਸਟੀਗੇਸ਼ਨ ਕਰਦੀ ਨਜ਼ਰ ਆ ਰਹੀ ਹੈ, ਕਿਉਂਕਿ ਮਾਮਲਾ ਬਹੁਤ ਵੱਡਾ ਹੈ। ਸਾਰਿਆਂ ਦੇ ਕੋਲ ਪਿਸਟਲ ਸੀ, ਜਿਹੜੀ ਇਹਨਾਂ ਨੇ ਜਾਣਕਾਰੀ ਦਿੱਤੀ ਹੈ ਕਿ ਅਚਾਨਕ ਉਹਨਾਂ ਨੇ ਫਾਇਰ ਕੀਤਾ ਇੱਕ ਛੋਟੀ ਜਿਹੀ ਗੱਲ ਪਿੱਛੇ। ਇਹ VS ਕੰਪਲੈਕਸ ਰੂਮ ਫਾਰ ਰੈਂਟ, ਇਹ ਸਾਰੀ ਜਿਹੜਾ ਹੈਗਾ ਕਾਫੀ ਵੱਡਾ ਪੀਜੀ ਲਾਇਆ ਹੋਇਆ। ਹਾਲਾਂਕਿ ਸੀਸੀਟੀਵੀ ਦੇ ਵਿੱਚ ਉਹ ਉਹਨਾਂ ਦੀ ਜ਼ਰੂਰ ਤਸਵੀਰਾਂ ਇੱਥੇ ਸਾਹਮਣੇ ਆ ਚੁੱਕੀ ਨੇ। ਇਹ ਪੂਰੇ ਪੀਜੀ ਨੇ, ਜੇ ਆਪਾਂ ਗੱਲ ਕਰੀਏ ਇੱਥੇ ਪੂਰੇ ਪੀਜੀ ਨੇ, ਜਿਹੜੀ ਪੁਲਿਸ ਨੇ ਵੀ ਜਾਣਕਾਰੀ ਦਿੱਤੀ ਹੈ। ਇਹ ਸਾਰੇ ਪੀਜੀ ਬਣਾਏ ਹੋਏ ਨੇ, ਅੰਦਰ ਨੀਚੇ ਫਸਟ ਫਲੋਰ ਤੇ ਕਿੰਨੇ ਕਮਰੇ ਹੈ, ਸੈਕਿੰਡ ਫਲੋਰ ਤੇ, ਥਰਡ ਫਲੋਰ ਤੇ, ਫੋਰਥ ਫਲੋਰ ਤੇ, ਇਹ ਸਾਰੀ ਪੀਜੀ ਰਹਿੰਦੇ ਮੁੰਡੇ। ਇੱਥੇ ਜ਼ੋਮੈਟੋ ਜਿਹੜੇ ਜੋਬ ਕਰਦੇ ਆ, ਸਟੂਡੈਂਟਸ ਜਿਹੜੇ ਨੇ, ਉਹਨਾਂ ਦੀ ਵੈਰੀਫਿਕੇਸ਼ਨ ਹੁੰਦੀ ਹੈ ਜਾਂ ਨਹੀਂ ਹੁੰਦੀ ਹੈ, ਇਹ ਤਾਂ ਪੁਲਿਸ ਤੇ ਵੀ ਸਵਾਲੀਆ ਨਿਸ਼ਾਨ ਜ਼ਰੂਰ ਹੈ, ਕਿਉਂਕਿ ਕੋਡ ਆਫ ਕੰਡਕਟ ਲੱਗਿਆ ਹੋਇਆ। ਔਰ ਉਸ ਤੋਂ ਬਾਅਦ ਉਹਨਾਂ ਦੇ ਕੋਲ ਪਿਸਟਲ ਕਿੱਥੋਂ ਆਈ, ਔਰ ਉਹ ਫਾਇਰ ਕਰਕੇ ਉੱਥੋਂ ਫਰਾਰ ਹੋ ਗਏ, ਕੌਣ ਸੀਗੇ? ਇਹ ਸਾਰੀ ਚੀਜ਼ਾਂ ਨੂੰ ਲੈ ਕੇ ਹੁਣ ਪੁਲਿਸ ਇਨਵੈਸਟੀਗੇਸ਼ਨ ਕਰਦੀ ਨਜ਼ਰ ਆ ਰਹੀ ਹੈ।